ਜ਼ੋਮੈਟੋ ਕੰਪਨੀ ਜਿਸ ਤੋਂ ਅਸੀਂ ਆਨਲਾਈਨ ਫੂਡਸ ਮੰਗਵਾਉਂਦੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਵਿਵਾਦ ਵਿੱਚ ਹੈ। ਕਦੇ ਰਾਈਡਰਸ ਨੂੰ ਕਮਿਸ਼ਨ ਘੱਟ ਦੇਣ ਦੇ ਚੱਕਰ ਵਿੱਚ ਅਤੇ ਕਦੇ ਵਰਕਰਾਂ ਨੂੰ ਡਰਾਉਣ ਨੂੰ ਧਮਕਾਉਣ ਲਈ ਚਰਚਾ ਵਿੱਚ ਰਹਿੰਦੀ ਹੈ। ਇਸ ਵਾਰ ਜ਼ੋਮੈਟੋ ਤੇ ਦੁਕਾਨਦਾਰਾਂ ਨੂੰ ਪਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਨੇ। ਦੁਕਾਨਦਾਰਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਕੰਪਨੀ ਪਰੇਸ਼ਾਨ ਕਰ ਰਹੀ ਹੈ ਅਤੇ ਆਈਡੀ ਬੰਦ ਕਰਨ ਦਾ ਡਰਾਵਾ ਦੇ ਰਹੀ ਹੈ। ਮਾਮਲਾ ਪਟਿਆਲਾ ਦੇ ਬਾਰਾਦਰੀ ਦਾ ਹੈ ਜਿੱਥੇ ਜ਼ੋਮੈਟੋ ਦੇ ਦਫ਼ਤਰ ਦੇ ਬਾਹਰ ਜ਼ੋਮੈਟੋ ਤੋਂ ਪਰੇਸ਼ਾਨ ਦੁਕਾਨਦਾਰ ਆਪਣਾ ਰੋਸ ਜਤਾਉਣ ਲਈ ਪਹੁੰਚੇ। ਅਤੇ ਮੇਰੇ ਨਾਲ ਇਹਨਾਂ ਦਾ ਜ਼ੋਮੈਟੋ ਔਫਿਸ ਅਸੀਂ ਅੱਜ ਆਏ ਹਾਂ ਅਤੇ ਸਾਨੂੰ ਪਹਿਲਾਂ ਇਹ ਕਹਿੰਦੇ ਸੀਗੇ ਵੀ ਅਸੀਂ ਤੁਹਾਡੇ ਕੋਲ 11:30 ਵਜੇ ਮੋਹਨ ਮੁਰਗਾ ਵਾਲਾ ਜੋ ਕਿ ਸਾਈ ਮਾਰਕੀਟ ਪਟਿਆਲਾ ਦੇ ਵਿੱਚ ਹੈ ਵੀ ਅਸੀਂ ਤੁਹਾਡੇ ਕੋਲ ਆ ਕੇ ਗੱਲ ਕਰਾਂਗੇ, ਪਰ ਇਹਨਾਂ ਨੇ ਮੌਕੇ 'ਤੇ ਕਹਿੰਦੇ ਸਾਡੇ ਕੋਲ ਕੋਈ ਉਹ ਨਹੀਂ ਹੈ, ਸਾਨੂੰ ਹਮੇਸ਼ਾ ਹੀ ਇਹ ਫਰੋਡ ਕਹਿ ਕੇ ਬੁਲਾਉਂਦੇ ਨੇ। ਅਤੇ ਜਦੋਂ ਵੀ ਇਹ ਦੇਖੋ ਤੁਸੀਂ, ਜੇ ਤੁਸੀਂ ਪਟਿਆਲਾ ਦੇ ਕਿਸੇ ਵੀ ਰਾਈਡਰ ਨਾਲ ਗੱਲ ਕਰੋ, ਉਹ ਇਹਨਾਂ ਤੋਂ ਬਹੁਤ ਪਰੇਸ਼ਾਨ ਹੈ। ਅੱਜ ਵੀ ਮੇਰੀ ਗੱਲ ਇਹਨਾਂ ਦੇ ਪ੍ਰਧਾਨ, ਪਟਿਆਲਾ ਦੇ ਜਿੰਨੇ ਵੀ ਰਾਈਡਰ ਨੇ ਇਹਨਾਂ ਦੇ ਪ੍ਰਧਾਨ ਸਾਗਰ ਜੀ ਨਾਲ ਗੱਲ ਹੋਈ, ਉਹ ਕਹਿੰਦੇ ਜੀ ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਹਾਂ, ਜਦੋਂ ਵੀ ਅਸੀਂ ਕੋਈ ਅਭਿਸ਼ੇਕ ਹੋਵੇ ਚਾਹੇ ਪ੍ਰਵੇਸ਼ ਹੋਏ ਕੋਈ ਵੀ ਹੋਏ ਅਸੀਂ ਗੱਲ ਕਰਦੇ ਹਾਂ ਇਹਨਾਂ ਨਾਲ ਤਾਂ ਸਿੱਧਾ ਕਹਿ ਦਿੰਦੇ ਨੇ ਵੀ ਤੁਹਾਡੀ ਆਈਡੀ ਬੰਦ ਕਰ ਦਿੱਤੀ ਜਾਏਗੀ। ਅਤੇ ਉਹ ਕਹਿੰਦੇ ਨੇ ਵੀ ਅਸੀਂ ਇਹਨਾਂ ਤੋਂ ਇੰਨੇ ਪਰੇਸ਼ਾਨ ਹਾਂ, ਸਾਡੀ ਰੋਟੀ ਇਹਨਾਂ ਦੇ ਸਿਰ 'ਤੇ ਚੱਲਦੀ ਹੈ ਜੀ। ਅਤੇ ਸਰ ਮੈਂ ਅੱਜ ਇਹਨਾਂ ਵਾਸਤੇ ਆਇਆ, ਪਲੱਸ ਸਾਡੀ ਦੁਕਾਨ ਦਾ ਜਿੰਨਾ ਬਿਜ਼ਨਸ ਹੈ ਜ਼ੋਮੈਟੋ ਕੰਪਨੀ ਨੇ ਬੰਦ ਕੀਤਾ, ਕਦੇ ਕੁਛ ਕਰਦੇ ਨੇ ਕਦੇ ਕੁਛ ਕਰਦੇ ਨੇ, ਇਹਨਾਂ ਦਾ ਰੋਜ਼ ਦਾ ਕੰਮ ਹੋ ਚੁੱਕਾ। ਕਮਿਸ਼ਨਾਂ ਦੀ ਗੱਲ ਕਰਨ ਲੱਗ ਜਾਂਦੇ ਨੇ, ਕਦੇ ਕਿਸੇ ਨੂੰ ਐਕਸਕਲੂਸਿਵ ਕਰ ਦਿੰਦੇ ਨੇ ਪਟਿਆਲਾ ਦੇ ਕਿਸੇ ਵੀ ਬੰਦੇ ਨੂੰ। ਪਲੱਸ ਹੁਣ ਤਾਂ ਅੱਜ ਇਹ ਕੀ ਕਰਨ ਲੱਗੇ ਨੇ, ਕੈਂਸਲੇਸ਼ਨ ਆਰਡਰ ਵੀ ਵਾਪਸ ਲੈਣ ਲੱਗ ਗਏ ਜੋ ਕਿ ਸਾਡੇ ਕੰਟਰੈਕਟ ਦੇ ਵਿੱਚ ਸਾਈਨ ਹੋਇਆ ਪਿਆ। ਕੰਪਨੀ ਦੇ ਇੰਪਲੋਈ ਮੰਨਦੇ ਨੇ ਇਸ ਚੀਜ਼ ਨੂੰ ਵੀ ਤੁਹਾਡਾ ਕੰਟਰੈਕਟ ਸਾਈਨ ਹੈ। ਕੀ ਗੱਲ ਹੋਈ ਉਰੇ? ਪਹਿਲਾਂ ਦੀ ਗੱਲ ਆ, ਮਲਕੀਤ ਸਿੰਘ ਨਾਂ ਦਾ ਜ਼ੋਮੈਟੋ ਆਫਿਸ ਦੇ ਵਿੱਚ ਬੰਦਾ ਕੰਮ ਕਰਦਾ ਅਤੇ ਮੈਨੂੰ ਰਾਤ ਨੂੰ 10:58 'ਤੇ ਔਡਰ ਵੱਜਿਆ ਹਾਫ ਬਟਰ ਚਿਕਨ ਦਾ, ਅਤੇ ਬੰਦਾ ਨਾ ਕੂਪਨ ਲਾਉਣਾ ਭੁੱਲ ਗਿਆ ਅਤੇ ਬੰਦਾ ਇਹਦਾ ਨਾਂ ਲੈ ਕੇ ਮੈਨੂੰ ਧਮਕੀਆਂ ਦੇ ਰਿਹਾ ਅਤੇ ਰਾਈਡਰਸ ਨੂੰ ਧਮਕੀਆਂ ਦੇ ਰਿਹਾ ਕਿ ਮੇਰੇ ਘਰ ਤੱਕ ਔਡਰ ਪਹੁੰਚਾਓ ਵਰਨਾ ਇਹ ਕਰ ਦੂੰਗਾ ਵੋ ਕਰ ਦੂੰਗਾ, ਸਵੇਰੇ ਜੋਬ 'ਤੇ ਆਉਣਾ, ਤੁਸੀਂ ਆਪਣਾ ਰੈਸਟੋਰੈਂਟ ਖੁਲਾਉਣਾ, ਇਹ ਵੋ, ਮਤਲਬ ਬਹੁਤ ਬਦਤਮੀਜ਼ੀ ਦੇ ਨਾਲ ਗੱਲ ਕੀਤੀ ਅਤੇ ਰਾਈਡਰਸ ਨੂੰ ਕਹਿੰਦਾ ਕਿ ਮੈਂ ਤੁਹਾਡੀ ਆਈ ਡੀ ਬੰਦ ਕਰ ਦੂੰਗਾ। ਰਾਈਡਰਸ ਵੀ ਸਾਰੇ ਪਰੇਸ਼ਾਨ ਨੇ, ਰਾਈਡਰਸ ਵੀ ਹੁਣ ਆਪਾਂ ਇਕੱਠ ਕਰ ਰਹੇ ਹਾਂ ਨੀਚੇ, 100 ਰਾਈਡਰ ਵੀ ਇਕੱਠਾ ਹੋ ਰਿਹਾ ਜੋ ਕਿ ਜ਼ੋਮੈਟੋ ਕੰਪਨੀ ਤੋਂ ਬਹੁਤ ਅੱਕਿਆ ਹੋਇਆ। ਇਸ ਮੌਕੇ ਪੱਤਰਕਾਰਾਂ ਨੇ ਜਦੋਂ ਮਾਮਲੇ ਦਾ ਪੱਖ ਜਾਣਨ ਲਈ ਜ਼ੋਮੈਟੋ ਦੇ ਦਫ਼ਤਰ ਜਾ ਕੇ ਜ਼ੋਮੈਟੋ ਦੇ ਮੈਨੇਜਰ ਨਾਲ ਗੱਲ ਕਰਨੀ ਚਾਹੀ ਤਾਂ ਸਿਕਿਉਰਿਟੀ ਇੰਚਾਰਜ ਸੁਖਜਿੰਦਰ ਸਿੰਘ ਬਰਾੜ ਪੱਤਰਕਾਰਾਂ ਨਾਲ ਹੀ ਬਦਤਮੀਜ਼ੀ ਦੇ ਉੱਤਰ ਆਏ ਅਤੇ ਪੱਤਰਕਾਰਾਂ ਦੇ ਨਾਲ ਧੱਕਾ ਮੁੱਕੀ ਕੀਤੀ ਅਤੇ ਡਰਾਉਣ ਲਈ ਬਾਊਂਸਰ ਤੱਕ ਸੱਦ ਲਏ। ਬਦਤਮੀਜ਼ੀ ਕਰ ਰਿਹਾ ਖੁਦ, ਮੇਰੀ ਗੱਲ ਸੁਣੋ, ਤਮੀਜ਼ ਨਾ ਰਿਹਾ ਕਰ, ਜਿੱਥੇ ਹੈਗਾ ਨਾ ਆਪਣੇ ਤਮੀਜ਼ 'ਚ ਰਹੀ, ਫਿਰ ਨਾ ਕਹੀਂ ਕੋਈ ਨੁਕਸਾਨ ਹੋਇਆ ਫਿਰ। ਹਾਲਾਂਕਿ ਪੱਤਰਕਾਰਾਂ ਨਾਲ ਬਦਤਮੀਜ਼ੀ ਤੋਂ ਬਾਅਦ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਪੁਲਿਸ ਸਟੇਸ਼ਨ ਜਾ ਕੇ ਸੁਲਝਿਆ ਅਤੇ ਨਾਲ ਹੀ ਜ਼ੋਮੈਟੋ ਇੱਕ ਵਾਰ ਫਿਰ ਆਪਣੀਆਂ ਹਰਕਤਾਂ ਦੇ ਕਾਰਨ ਚਰਚਾ ਵਿੱਚ ਆ ਗਏ। ਪਟਿਆਲਾ ਤੋਂ ਅਨੁਰਾਗ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ। ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ 'ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers. Pyramid de Super Canadian Sikhya Mele ch register karo ate ek vadhiya bhavikh wal apna pehla kadam chukho. Pyramid Visa ek vadhiya zindagi.